ਫਾਜ਼ਿਲਕਾ ਦੇ ਪਿੰਡ ਸੈਣਿਆ ਵਾਸੀ ਭਰਪੂਰ ਸਿੰਘ ਜੋ ਕਿ ਫਾਜ਼ਿਲਕਾ ਦੀ ਇੱਕ ਚੀਨੀ ਟਾਇਲਾਂ ਦੀ ਦੁਕਾਨ ਤੇ ਡਰਾਈਵਰ ਦਾ ਕੰਮ ਕਰਦਾ ਸੀ ਅਤੇ ਬੀਤੀ ਰਾਤ ਚੀਨੀ ਟਾਇਲਾਂ ਨਾਲ ਭਰਿਆ ਕੈਂਟਰ ਲੈ ਕੇ ਫਾਜ਼ਿਲਕਾ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਇਆ ਸੀ। ਇੱਥੇ ਅੱਜ ਸਵੇਰੇ ਤੜਕੇ ਜੀਰਾ ਦੇ ਕਸਬਾ ਮੱਖੂ ਦੇ ਬਿਜਲੀ ਘਰ ਨੇੜੇ ਕੈਂਟਰ ਖੜ੍ਹਾ ਕਰਕੇ ਉਸਦੇ ਪਿਛਲੇ ਟਾਇਰਾਂ ਦੀ ਹਵਾ ਚੈੱਕ ਕਰ ਰਿਹਾ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਵਿੱਚ ਆਉਂਦੇ ਟਰੱਕ ਨੇ ਹੀ ਖੜ੍ਹੇ ਕੈਂਟਰ ਵਿੱਚ ਟੱਕਰ ਮਾਰ ਦਿੱਤੀ ਅਤੇ ਕੈਂਟਰ ਦੇ ਪਿੱਛੇ ਖੜ੍ਹਿਆ ਡਰਾਈਵਰ ਭਰਪੂਰ ਸਿੰਘ ਵੀ ਉਸਦੀ ਲਪੇਟ ਵਿੱਚ ਆ ਗਿਆ ਜਿਸ 'ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਟਰੱਕ ਡਰਾਈਵਰ ਆਪਣਾ ਟਰੱਕ ਉੱਥੇ ਹੀ ਖੜ੍ਹਾ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ 'ਤੇ ਟਰੱਕ ਦੇ ਕੰਡਕਟਰ ਇਕਬਾਲ ਸਿੰਘ ਨੇ ਇਸਦੀ ਇਤਲਾਹ ਫਾਜ਼ਿਲਕਾ ਨਿਵਾਸੀ ਦੁਕਾਨ ਦੇ ਮਾਲਕ ਰਾਜੀਵ ਸਪਰਾ ਨੂੰ ਦਿੱਤੀ ਅਤੇ ਉਹ ਘਟਨਾ ਸਥਾਨ 'ਤੇ ਪਹੁੰਚਿਆ ਅਤੇ ਪੁਲਿਸ ਨੂੰ ਸੱਦ ਕੇ ਕਾਰਵਾਈ ਸ਼ੁਰੂ ਕਰਵਾਈ। ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਗੱਡੀ ਹੈ ਜੀ ਟਾਟਾ ਮੇਰੇ ਕੋਲ, ਮੇਰੇ ਨਾਮ 'ਤੇ ਹੀ ਹੈਗੀ ਹੈ। ਡਰਾਈਵਰ ਸੀ, ਆਪਣਾ ਟਾਈਲਾਂ ਦਾ ਕੰਮ ਹੈ, ਰਾਤੀ ਭਰ ਕੇ ਨਿਕਲਿਆ ਫਾਜ਼ਿਲਕਾ ਤੋਂ ਹੁਸ਼ਿਆਰਪੁਰ ਜਾ ਰਿਹਾ ਸੀਗਾ ਅਤੇ ਸਵੇਰੇ ਸਾਨੂੰ ਇਤਲਾਹ ਮਿਲੀ ਹੈ, ਫੋਨ ਆਇਆ ਸੀਗਾ SI ਸਾਹਿਬ ਦਾ, ਕਹਿੰਦੇ ਕਿ ਇਸ ਤਰ੍ਹਾਂ ਗੱਡੀ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਅਸੀਂ ਇੱਥੇ ਆ ਕੇ ਫਿਰ ਜੋ ਦੇਖਿਆ ਹੈ ਉਹ ਮਤਲਬ ਗੱਡੀ ਮਗਰੋਂ ਟਮਾਟਰਾਂ ਦੀ ਭਰੀ ਗੱਡੀ ਸੀਗੀ, ਉਹਨੇ ਤੇਜ਼ ਸਪੀਡ 'ਤੇ ਮਗਰ ਗੱਡੀ ਦੇ ਵਿੱਚ ਗੱਡੀ ਮਾਰੀ ਹੈ ਜਿਹਦੇ ਨਾਲ ਡਰਾਈਵਰ ਜਿਹੜਾ ਸੀਗਾ ਉਹ ਭਰਪੂਰ ਸਿੰਘ ਮੌਕੇ 'ਤੇ ਖਤਮ ਹੋ ਗਿਆ। ਪ੍ਰਸ਼ਾਸਨ ਤੋਂ ਇਹ ਮੰਗ ਹੈ ਜੀ, ਗਰੀਬ ਬੰਦਾ ਹੈਗਾ, ਵਿਚਾਰੇ ਦੇ ਬੱਚੇ ਛੋਟੇ ਹੈਗੇ ਆ, ਤਾਂ ਜੋ ਵੀ ਉਹਦਾ ਇਨਸਾਫ ਬੰਦਾ ਹੈ ਜੀ, ਜੋ ਗੱਡੀ ਦੀ ਗਲਤੀ ਸੀ ਵੱਡੀ ਗਲਤੀ, ਜਿਹੜੀ ਮਗਰ ਸੀਗੀ ਜਿਹਨੇ ਮਗਰੋਂ ਗੱਡੀ ਟੱਕਰ ਮਾਰੀ ਹੈ, ਉਹਦੇ 'ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਹਨੂੰ ਗਰੀਬ ਨੂੰ ਇਨਸਾਫ ਦਵਾਇਆ ਜਾਵੇ ਜੀ। ਹਾਂਜੀ, ਉਹਦੇ ਵਿੱਚ ਐਕਸੀਡੈਂਟ ਹੋਇਆ ਸੀ, ਇਹਦੇ ਵਿੱਚ ਜਿਹੜੀ ਕੈਂਟਰ ਡਰਾਈਵਰ ਦੀ ਡੈਥ ਹੋ ਗਈ ਹੈ ਅਤੇ ASI ਕਰਮਜੀਤ ਸਿੰਘ ਨੇ ਕਾਰਵਾਈ ਕਰਕੇ ਪੋਸਟਮਾਰਟਮ ਕਰਵਾ ਕੇ ਲਾਸ਼ ਜਿਹੜੀ ਹੈ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਜਿਹੜਾ ਟਰੱਕ ਦਾ ਡਰਾਈਵਰ ਹੈ ਉਹ ਨੋਮੀਨੇਟ ਹੋ ਗਿਆ ਅਤੇ ਜਲਦੀ ਉਹਨੂੰ ਗ੍ਰਿਫਤਾਰ ਕਰਕੇ ਅਤੇ ਚਲਾਉਣ ਦੇਵਾਂਗੇ।